टीम बना तो फैंटेसी टीम का सीक्रेट बनाओ अपनी विनिंग फैंटेसी टीम दी दी दी। क्रिकलेटिक्स दी दी। के साथ ऑन क्रिकेट डॉट कॉम डाउनलोड क्रिकेट डॉट कॉम नाउ इस खेल में आदत लगना या आर्थिक जोखिम संभव है जिम्मेदारी से खेलें। ਜਦੋਂ ਦੋ ਟੀਮਾਂ ਖੇਡ ਰਹੀਆਂ ਹਨ ਇੱਕ ਸੀ ਸਨਰਾਈਜ਼ਰਜ਼ ਹైదరాబాద్ ਜਿਸ ਦਾ ਰਿਕਾਰਡ ਬਹੁਤਾ ਚੰਗਾ ਨਹੀਂ ਹੈ ਪਰ ਇਸ ਸਾਲ ਉਸ ਟੀਮ ਵਿੱਚ ਟੀਮ ਮਨਫੀ ਵੀ ਦਟ ਡੀਐਨਏ ਨਜ਼ਰ ਨਹੀਂ ਆ ਰਿਹਾ ਉਹ ਇੱਕ ਵੱਖਰੇ ਅੰਦਾਜ਼ ਦੀ ਕ੍ਰਿਕਟ ਖੇਡ ਰਹੀ ਹੈ ਇੱਕ ਪਾਸੇ ਪੰਜਾਬ ਸੀ ਕੁਝ ਵੀ ਨਹੀਂ ਹੈ ਬਦਲ ਗਏ ਉਹ ਇੱਕੋ ਜਿਹੇ ਸਟਾਈਲ ਦੇ ਹਨ ਅਸੀਂ ਕ੍ਰਿਕਟ ਖੇਡ ਰਹੇ ਸੀ ਅੰਕ ਸੂਚੀ ਵਿੱਚ ਦੋਵੇਂ ਬਰਾਬਰ ਸਨ ਇਸ ਲਈ ਮੈਂ ਸੋਚਿਆ ਸ਼ਾਇਦ ਅੱਜ ਪੰਜਾਬ ਜਿੱਤ ਜਾਵੇਗਾ ਕਿਉਂਕਿ ਇੱਕ ਘਾਰ ਵਿੱਚ ਖੇਡ ਰਿਹਾ ਹੈ ਇਸ ਲਈ ਨੈਕਲੀ ਉਤਸ਼ਾਹ ਹੋਵੇਗਾ ਪਰ ਇੱਕ ਗੱਲ ਬਹੁਤ ਸਪਸ਼ਟ ਹੈ ਅਤੇ ਦੁਨੀਆ ਭਰ ਦੇ ਪੰਜਾਬ ਦੇ ਸਾਰੇ ਪ੍ਰਸ਼ੰਸਕਾਂ ਨੂੰ ਆਰਾਮ ਕਰਨਾ ਚਾਹੀਦਾ ਹੈ ਇਹੋ ਟੀਮ ਹੈ ਜੋ ਤੁਸੀਂ ਤਾਪਚਾਰ ਵਿੱਚ ਨਹੀਂ ਦੇਖ ਸਕੋਗੇ ਹੋਰ ਵੀ ਬਹੁਤ ਸਾਰੀਆਂ ਟੀਮਾਂ ਹਨ ਜੋ ਤੁਸੀਂ ਤਾਪਚਾਰ ਵਿੱਚ ਨਹੀਂ ਦੇਖ ਸਕੋਗੇ ਅੱਜ ਸ਼ੁਰੂ ਵਿੱਚ ਹੀ ਪੰਜਾਬ ਨੇ ਦੱਸਿਆ ਹੈ ਕੀ ਐਸੀ ਇੰਨੇ ਚੰਗੇ ਨਹੀਂ ਹਾਂ ਅਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਵਿੱਚ ਕੀ ਸਮੱਸਿਆ ਹੈ ਪਰ ਮੇਰੇ ਇਸ ਮੈਚ ਦੇ ਸੰਖੇਪ ਵਿੱਚ ਹైదరాబాద్ ਸ਼ੁਰੂ ਤੋਂ ਹੀ ھیਠਾ ਰਿਹਾ ਉਸਨੇ ਪਾਵਰ ਪਲੇ ਵਿੱਚ ਤਿੰਨ ਵਿਕਟਾਂ ਗਵਾ ਦਿੱਤੀਆਂ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਹੈ ਹੋ ਰਿਹਾ ਹੈ ਅਤੇ ਜਦੋਂ ਕਲਾਸਨ ਮਹਾਨ ਕਲਾਸਨ ਜਿਸ ਨੂੰ ਮੈਂ ਇਸ ਆਈ ਪੀਐਲ ਵਿੱਚ ਵਿਸ਼ਵਾਸ ਕਰਦਾ ਹਾਂ ਕਿ ਉਹ ਸਭ ਤੋਂ ਵਿਸਫੋਟਕ ਬੱਲੇਬਾਜ਼ ਹੈ ਉਹ ਪੰਜਵੀਂ ਵਿਕਟ ਵੱਜੋਂ ਆਊਟ ਹੋਇਆ ਸੀ ਪੰਜ ਵਿਕਟਾਂ 102 ਦੌੜਾਂ ਤੇ ਡਿੱਗ ਚੁੱਕੀਆਂ ਹਨ ਅਤੇ 14ਵਾਂ ਓਵਰ ਚੱਲ ਰਿਹਾ ਹੈ 14 ਓਵਰ ਚੱਲ ਰਿਹਾ ਹੈ 112 ਤੇ 5 ਵਿਕਟਾਂ ਡਿੱਗ ਰਹੀਆਂ ਹਨ ਅਤੇ ਉਸ ਤੋਂ ਬਾਅਦ ਇਹ ਆਮ ਗੱਲ ਹੈ ਆਮ ਤੌਰ ਤੇ ਕੀ ਹੁੰਦਾ ਹੈ ਤੁਸੀਂ ਕਹਿੰਦੇ ਹੋ ਹੁਣ ਆਖਰੀ ਜੋੜੀ ਚਲੀ ਗਈ ਹੈ ਨितीश ਰੈਡੀ ਅਤੇ ਅਬਦੁੱਲ ਸਮਦ ਤਾਂ ਚਲੋ ਇੱਕ ਕੰਮ ਕਰੀਏ ਅੰਤ ਤੱਕ ਚੱਲੀਏ ਫਿਰ ਦੇਖਦੇ ਹਾਂ ਆਖਰੀ ਵਿੱਚ 3-4 ਓਵਰ ਗੇਂਦਬਾਜ਼ੀ ਕਰਨਗੇ ਉਹ ਇਸ ਤਰ੍ਹਾਂ ਦੀ ਬੱਲੇਬਾਜ਼ੀ ਕਰ ਸਕਦੇ ਸਨ 150 ਤੱਕ ਵਿਕਟਾਂ ਹੋ ਜਾਣੀਆਂ ਸਨ ਪਰ ਉਸਨੇ ਇੱਕ ਜੋਖਮ ਲਿਆ ਜੋ ਮੈਂ ਟੀਮ ਮਨਫੀ ਵੀ ਦੇ ਨਵੇਂ ਡੀਐਨਏ ਦੀ ਗੱਲ ਕਰਦਾ ਹਾਂ ਉਸਨੇ ਉਸੇ ਪਾਲ ਆਪਣਾ ਮਨ ਬਦਲ ਲਿਆ ਜਿਵੇਂ ਹੀ ਉਹ ਆਇਆ ਉਸਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਿਵੇਂ ਮੈਂ ਕਿਹਾ ਤਾਂ ਕੀ ਹੋਵੇਗਾ ਉਸ ਨੂੰ ਸਾਰੇ ਜਾਂ ਕੁਝ ਨਹੀਂ ਇੱਥੇ 125 ਆਲ ਆਊਟ ਹੋ ਜਾਣਗੇ ਜਾਂ ਅਸੀਂ 200 ਬਣਾਵਾਂਗੇ ਅਤੇ ਜਦੋਂ ਉਹ ਮਾਰਨਾ ਸ਼ੁਰੂ ਕਰ ਦੇਣਗੇ ਪੰਜਾਬ ਖੜਿਆ ਪਾਵ ਟੁੱਟ ਗਿਆ ਕੀ ਹੋ ਰਿਹਾ ਹੈ ਅਤੇ ਕੀ ਨਹੀਂ ਇਸ ਦਾ ਕੋਈ ਜਵਾਬ ਨਹੀਂ ਸੀ ਕੁੱਟਣ ਤੋਂ ਬਾਅਦ ਕੁੱਟਣਾ ਕੁੱਟਣ ਤੋਂ ਬਾਅਦ ਕੁੱਟਣਾ ਪਰ ਕੀ ਹੋਇਆ ਇਸ ਤੋਂ ਬਾਅਦ ਹਰਸ਼ਦੀਪ ਨੂੰ ਵਿਕਟ ਮਿਲੀ ਅਤੇ ਪੰਜਾਬ ਦੀ ਟੀਮ 200 ਦੇ ਸਕੋਰ ਤੇ ਵਾਪਸੀ ਕਰ ਰਹੀ ਸੀ ਹੁਣ ਸਵਾਲ ਇਹ ਸੀ ਕਿ ਤੁਸੀਂ 170 ਦੇ ਸਕੋਰ ਤੇ ਰੁਕ ਰਹੇ ਹੋ ਪਰ ਯਾਦ ਰੱਖੋ ਕਿ ਉਸ ਦੀ ਪਾਰੀ ਦੀ ਆਖਰੀ ਗੇਂਦ ਤੇ ਨਿਤਿਸ਼ ਰਾਡੀ ਜਿਸ ਨੇ ਇਨੀ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਆਪਣੀ ਟੀਮ ਨੂੰ ਉੱਥੇ ਲੈ ਕੇ ਗਿਆ ਸੀ ਆਖਿਰਕਾਰ ਜੈਦੇਵ ਨੇ ਆਪਣੀ ਪਾਰੀ ਦੀ ਗੇਂਦ ਨਾਲ ਲਾਂਗ ਆਨ ਤੇ ਗੇਂਦ ਮਾਰੀ ਪਰ ਲੌਂਗ ਆਨ ਦਾ ਫੀਲਡਰ ਰਾਖਿਵ ਪਟੇਰ ਸੀ ਉਸਨੇ ਗੇਮ ਨੂੰ ਕੈਚ ਕਰ ਲਿਆ ਅਤੇ ਗੇਂਦ ਬਾਉਂਡਰੀ ਦੇ ਪਾਰ ਜਾ ਡਿੱਗੀ 6 ਦੌੜਾਂ ਹੁਣ ਅਚਾਨਕ ਇਸਤੀ ਬਜਾਏ 176 ਆਲ ਆਊਟ ਦੇ 176 ਤੋਂ 182 ਦੌੜਾਂ ਬਣ ਗਈਆਂ ਹੁਣ ਉਹ 6 ਦੌੜਾਂ ਕੀ ਇਹ ਹైదరాబాద్ ਨੂੰ ਰਫਤਾਰ ਦੇ ਰਹੀਆਂ ਸਨ ਬਾਈ ਪੰਜਾਬ ਨੂੰ ਸੋਚਣਾ ਚਾਹੀਦਾ ਸੀ ਕਿ ਇਸ ਵਿਕਟ ਤੇ 183 ਦੌੜਾਂ ਕੀ ਹਨ ਤੁਸੀਂ ਆਪਣੇ ਘਰ ਖੇਡ ਰਹੇ ਹੋ ਤੁਸੀਂ 183 ਦੌੜਾਂ ਦਾ ਪਿੱਛਾ ਕਰ ਰਹੇ ਹੋ ਕੀ ਹੈ 183 ਅੱਜ ਪਰ ਪੰਜਾਬ ਨੇ ਜੋ ਬੱਲੇਬਾਜ਼ੀ ਕੀਤੀ ਹੈ ਦੋਸਤੋ ਕੋਈ ਇਰਾਦਾ ਨਹੀਂ ਹੈ ਉਹਨਾਂ ਦੀ ਬੱਲੇਬਾਜ਼ੀ ਦਾ ਕੋਈ ਮਤਲਬ ਨਹੀਂ ਹੈ ਚਾਹੇ ਉਹ ਪਾਗਲ ਹਨ ਸ਼ਿਖਰ ਤਵਨ ਹੋਵੇ ਪ੍ਰਭ ਸਿਮਰਨ ਹੋਵੇ ਮੇਰਾ ਮਤਲਬ ਹੈ ਕਿ ਪੰਜਾਬ ਦੇ ਸਾਰੇ ਵੱਡੇ ਨਾਮ ਲਿਆਉਂਦਾ ਹੈ ਵੱਡੇ ਵੱਡੇ ਨਾਮ ਵੱਡੇ ਭਾਅ ਵਾਲੇ ਵੱਡੇ ਨਾਮ ਕੋਈ ਕੁਝ ਨਹੀਂ ਕਰਦਾ ਭਾਈ ਹੁਣ ਉਸ ਤੋਂ ਬਾਅਦ ਫਿਰ ਉਹੀ ਟਾਕ ਕੇ ਤਿੰਨ ਪਾਤ ਇੱਕ ਇੱਕ ਕਰਕੇ ਇੱਕ ਤੋਂ ਬਾਅਦ ਇੱਕ ਵਟਸ ਡਿੱਗਣ ਲੱਗੇ ਜਿਤੇਸ਼ ਨੇ ਉਹਨਾਂ ਨੂੰ ਮਾਰਿਆ ਇਹ ਥੋੜਾ ਜਿਹਾ ਸ਼ਕੰਦਰ ਰਜ਼ਾ ਨੇ ਥੋੜਾ ਸੇਮ ਕਾਰਨ ਨੇ ਥੋੜਾ ਕੀਤਾ ਅਤੇ ਤੁਸੀਂ ਦੁਬਾਰਾ ਉਸੇ ਥਾਂ ਤੇ ਪਹੁੰਚ ਗਏ ਹੋ ਸ਼ਸ਼ਾਂਕ ਸਿੰਘ ਅਤੇ ਆਸ਼ੀਤੋਸ਼ ਨੂੰ ਆਖਰੀ 5 ਓਵਰਾਂ ਚ 99 ਦੌੜਾਂ ਦੀ ਲੋੜ ਸੀ ਜੋ ਕਿ ਅਸੰਭਵ ਸੀ ਮੇਰੇ ਮੁਤਾਬਕ 3 ਗੇਂਦਾਂ ਚ 99 ਦੌੜਾਂ ਨਹੀਂ ਬਣਾਈਆਂ ਜਾ ਸਕਦੀਆਂ ਪਰ ਦੋਵਾਂ ਨੇ 76 ਦੌੜਾਂ ਬਣਾਈਆਂ ਪੰਜਾਬ ਆਖਰੀ ਓਵਰਾਂ ਚ 2 ਦੌੜਾਂ ਬਣਾ ਕੇ ਆ ਰਿਹਾ ਹੈ 29 ਦੌੜਾਂ ਦੀ ਲੋੜ ਹੈ ਜਦੋਂ ਨਟਕਟ ਦੇ ਆਸ਼ੂਤੋਸ਼ ਅਤੇ ਸ਼ਸ਼ਾਂਕ ਨੇ 26 ਦੌੜਾਂ ਬਣਾਈਆਂ ਉਨ੍ਹਾਂ ਨੇ ਵੀ ਆਖਰੀ ਗੇਂਦ ਤੇ ਛੱਕਾ ਲਗਾਇਆ ਪਰ ਪੰਜਾਬ ਇਹ ਮੈਚ 2 ਦੌੜਾਂ ਨਾਲ ਹਾਰ ਗਿਆ ਹੁਣ ਜੇ ਤੁਸੀਂ ਮੇਰੇ ਨਾਲ ਗੱਲ ਕਰੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਯਾਰ ਖੈਰ ਕਿਲਾ ਕੋਈ ਸਮੱਸਿਆ ਨਹੀਂ ਯਾਰ ਇੱਕ ਨਜ਼ਦੀਕੀ ਮੈਚ ਸੀ ਦੋ ਦੌਰਾਂ ਨਾਲ ਹਾਰ ਗਿਆ ਅਗਲੀ ਵਾਰ ਬਿਹਤਰ ਹੈ ਪਰ ਮੈਂ ਨਹੀਂ ਸੋਚਦਾ ਇਤੋਂ ਪੰਜਾਬ ਤੁਹਾਨੂੰ ਦੇਵੇਗਾ ਟੌਪ 4 ਦਾਅਵੇਦਾਰ ਇਹ ਦਿਖਾਈ ਦੇਵੇਗਾ ਇਹ ਦਿਖਾਈ ਨਹੀਂ ਦੇਵੇਗਾ ਹੈਦਰ ਰਵਾਈਡਲੀ ਦੋ ਅੰਕ ਹਮਸਨ 18 ਟਾਪ 4 ਵਿੱਚ ਜਾ ਸਕਦੀ ਹੈ ਨਾ ਵੀ ਜਾ ਸਕਦੀ ਹੈ ਅੱਜ ਜੇਕਰ ਉਹ ਟਰੇਵਿਸ ਹੈਡ ਤੋਂ ਬਿਨਾ ਅਭਿਸ਼ੇਕ ਤੋਂ ਬਿਨਾ ਮਕਾਰਮ ਤੋਂ ਬਿਨਾ ਕਲੇਸਨ ਤੋਂ ਬਿਨਾ ਇਹ ਮੈਚ ਜਿੱਤ ਜਾਂਦੀ ਹੈ ਤਾਂ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਪਰ ਗਲਤ ਪਹਿਲਾ ਹੀ ਪੰਜਾਬ ਦੀ ਹੈ ਪਾਪ ਦੁਨੀਆ ਪਰ ਵਿੱਚ ਪੰਜਾਬ ਦੇ ਵੱਡੇ ਵੱਡੇ ਪ੍ਰਸ਼ੰਸਕ ਹਨ ਸਮਰਥਕ ਹਨ ਆਸਾ ਲੈ ਕੇ ਬੈਠੇ ਹਨ ਆਸਟ੍ਰੇਲੀਆ ਨਿਊਜ਼ੀਲੈਂਡ ਫਰਾਂਸ ਯੂਕੇ ਯੂ ਐਸ ਬੈਠੇ ਹਨ ਕੈਨੇਡਾ ਬੈਠੇ ਹਨ ਕਹਿੰਦੇ ਹਨ ਆ ਜਿਸੀ ਦੁਨੀਆ ਨੂੰ ਤਬਾਹ ਕਰ ਦੇਵਾਂਗੇ ਇਹ ਕਿਹੜੀ ਟੀਮ ਹੈ ਮੈਨੂੰ ਤਾਂ ਉਹਨਾਂ ਫਰਾਂਚਾਈਜ਼ੀ ਮਾਲਕਾਂ ਦੀ ਸੋਚ ਵੀ ਸਮਝ ਨਹੀਂ ਆ ਰਹੀ ਉਹ ਕਿਉਂ ਕੁਝ ਖਿਡਾਰੀਆਂ ਨੂੰ ਡੀ ਐਚਓ ਭਵਿਕ ਅੱਜ ਆਸ਼ੂਤੋਸ਼ ਅਤੇ ਸ਼ਸ਼ਾਂਗ ਨੇ ਇੱਕ ਮੈਚ ਜਿੱਤ ਕੇ ਲਿਆਇਆ ਆਖਰੀ ਮੈਚ ਅਤੇ ਇੱਥੇ ਹੁਣ ਸਵਾਲ ਇਹ ਹੈ ਕਿ ਪੰਜਾਬ ਨੂੰ ਅਜਿਹਾ ਮਹਿਸੂਸ ਨਹੀਂ ਹੋ ਰਿਹਾ ਦਿੱਲੀ ਨੂੰ ਵੀ ਅਜਿਹਾ ਨਹੀਂ ਲੱਗ ਰਿਹਾ ਹੁਣ ਦੇਖਦੇ ਹਾਂ ਕਿ ਇਹ ਦੋਵੇਂ ਟੀਮਾਂ ਲਗਭਗ ਬਾਹਰ ਲੱਗਦੀਆਂ ਹਨ ਹੁਣ ਸਿਰਫ 8 ਬਚੇ ਹਨ 8ਾਂ ਵਿੱਚੋਂ ਮੈਨੂੰ ਲੱਗਦਾ ਹੈ ਕਿ ਇਸ ਆਉਣ ਵਾਲੇ ਹਫਤੇ ਵਿੱਚ ਬੈਂਗਲੁਰੂ ਕਦੇ ਨਹੀਂ ਜਾਣ ਸਕੇਗਾ ਕਿ ਉਹ ਕਿੰਨੇ ਚੰਗੇ ਹਨ ਆਦਮੀ ਉਹ ਵੀ ਬਹੁਤ ਕੁਝ ਗਵਾ ਚੁੱਕੇ ਹਨ ਇੱਕ ਅਧੀ ਹਾਰ ਹੋਵੇਗੀ ਨਹੀਂ ਤਾਂ ਉਹ ਹਾਰ ਜਾਣਗੇ ਕੋਈ ਸਮੱਸਿਆ ਵੀ ਹੋ ਸਕਦੀ ਹੈ ਹੁਣ ਇਹ ਗੁਜਰਾਤ ਦਾ ਸਵਾਲ ਹੈ ਗੁਜਰਾਤ ਅਤੇ ਰਾਜਸਥਾਨ ਆਹਮੋ ਸਾਹਮਣੇ ਹਨ ਗੁਜਰਾਤ ਅਤੇ ਰਾਜਸਥਾਨ ਦੇ ਵਿਚਕਾਰ ਇਹ ਮੈਚ ਮੇਰੇ ਵਿਚਾਰ ਵਿੱਚ ਇੱਕ ਉੱਚ ਤੀਬਰਤਾ ਉੱਚ ਵੋਲਟੇਜ ਦੀ ਖੇਡ ਹੈ ਇਹ ਜੈਪੁਰ ਵਿੱਚ ਖੇਡੀ ਜਾਵੇਗੀ cricket.com ਮੇਰੇ ਪਿੱਛੇ ਹੈ ਇਹ ਅਸਲ ਕਲਪਨਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਇਸ ਦੇ ਵੇਰਵੇ ਤੋਂ ਡਾਊਨਲੋਡ ਕਰਦੇ ਹੋ ਇਹ ਚੈਟ ਇਸ ਲਈ ਤੁਹਾਨੂੰ 2500 ਰੁਪਏ ਦਾ ਸਾਈਨ ਅਪ ਬੋਨਸ ਮਿਲਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਬਹੁਤ ਕੁਝ ਮਿਲਦਾ ਹੈ ਤੁਹਾਡੇ ਕੋਲ 6:30 ਵਜੇ ਲਾਕ ਇਨ ਪੀਰੀਅਡ ਹੁੰਦਾ ਹੈ 6:30 ਵਜੇ ਤੁਹਾਨੂੰ ਆਪਣੀਆਂ ਟੀਮਾਂ ਬਣਾਉਣੀਆਂ ਪੈਂਦੀਆਂ ਹਨ ਅਤੇ ਮੈਂ ਹੀ ਕਹਿੰਦਾ ਹਾਂ ਕਈ ਟੀਮਾਂ ਬਣਾਓ ਕਿਉਂਕਿ a-cricket.com ਤੁਹਾਨੂੰ ਬਹੁਤ ਸਾਰੇ ਇਨਾਮ ਦਿੰਦਾ ਹੈ ਇਹ ਤੁਹਾਨੂੰ ਕੀਮਤ ਅਤੇ ਪੈਸਾ ਵੀ ਦਿੰਦਾ ਹੈ ਪਰ ਸਭ ਤੋਂ ਵੱਡੀ ਗੱਲ ਜੋ ਮੈਂ ਮਹਿਸੂਸ ਕਰਦਾ ਹਾਂ ਉਹ ਹੈ ਇਹ ਗੋ ਜਦੋਂ ਤੁਸੀਂ a-cricket.com ਤੇ ਇੱਕ ਟੀਮ ਚੁਣਦੇ ਹੋ ਅਤੇ ਉਸੇ ਟੀਮ ਦੁਆਰਾ ਚੁਣਿਆ ਜਾਂਦਾ ਹੈ ਕਪਤਾਨ ਫਿਰ ਤੁਹਾਨੂੰ ਲੱਗਦਾ ਹੈ ਕਿ ਹਾਂ ਪਰ ਮੈਂ ਇਸ ਕਪਤਾਨ ਜਿੰਨੀ ਹੀ ক্রিকেট ਜਾਣਦਾ ਹਾਂ ਇਸ ਲਈ ਤੁਸੀਂ ਤੁਰੰਤ acreicket.com ਨੂੰ ਡਾਊਨਲੋਡ ਕਰੋ ਅਤੇ ਇਹ ਵੀ ਕਿ ਭਾਈ ਜੇਕਰ ਤੁਸੀਂ ਪੰਜਾਬ ਦੇ ਪ੍ਰਸ਼ੰਸਕ ਹੋ ਤਾਂ ਇਹ ਇੱਕ ਸਧਾਰਨ ਗੱਲ ਹੈ ਅਤੇ ਜੇਕਰ ਤੁਹਾਨੂੰ ਦਰਦ ਮਹਿਸੂਸ ਹੋ ਰਿਹਾ ਹੈ ਇਸ ਹਾਰ ਨਾਲ ਅਤੇ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਇਹ ਫਰਾਂਚਾਈਜ਼ੀ ਜਾਂ ਟੀਮ ਨੂੰ ਨੁਕਸਾਨ ਨਹੀਂ ਪਹੁੰਚਾ ਰਿਹਾ ਇਸ ਲਈ ਕਿਰਪਾ ਕਰਕੇ ਸਾਵਧਾਨ ਰਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਪਸੰਦ ਕਰੋ